ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ 사ਸੰਗ ਜੀਓ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਸੋਕਿਉ ਮੰਦਾ ਕੀ ਜਿਤ ਜੰਮੇ ਰੇ ਜਾਨ ਇਸਤਰੀ ਦੀ ਸਰਬ ਉੱਚ ਸ਼ਕਤੀ ਨੂੰ ਜਿਹੜੇ ਹੈ ਨਾ ਸਾਰੇ ਹੀ ਦੇਵ ਲੋਕ ਦੇ ਵਿੱਚ ਮੰਨਿਆ ਜਾਂਦਾ ਪਹਿਲ ਦੇ ਆਧਾਰ ਦੇ ਉੱਤੇ ਪਰ ਆਪਾਂ ਦੇਖਦੇ ਹਾਂ ਕਿ ਜਦੋਂ ਰਾਖਸ਼ਣ ਦਾ ਤੇ ਦੇਵਤਿਆਂ ਦਾ ਜੰਦ ਹੋਇਆ ਸੀ ਉਦੋਂ ਵੀ ਅਕਾਲ ਪੁਰਖ ਨੇ ਦੁਰਗਾ ਨੰਮੀ ਜਿਹੜੀ ਦੇਵੀ ਸੀਗੀ ਉਸ ਨੂੰ ਰਕਸ਼ਾ ਦੇ ਵਿਰੁੱਧ ਲੜਨ ਵਾਸਤੇ ਜਿਹੜੀ ਸੀ ਉਹ ਸ਼ਕਤੀ ਬਖਸ਼ੀ ਸੀ ਤੇ ਦੁਰਗਾ ਨੇ ਕਿਵੇਂ ਜਿਹੜਾ ਸਗਾ ਉਹ ਸੰਘਾਰ ਕੀਤਾ ਰਕਸ਼ਾਂ ਦਾ ਆਪ ਸੰਗਤਾਂ ਸਾਰੀਆਂ ਚੰਡੇ ਦੀ ਵਾਰ ਦੇ ਵਿੱਚ ਚੰਗੀ ਤਰ੍ਹਾਂ ਜਾਣਦੀ ਆ ਪਰ ਆਪਾਂ ਇਹ ਵੀ ਦੇਖਦੇ ਆ ਕਿ ਆਮ ਕਰਕੇ ਦੇਵੀ ਦੇਵਤਿਆਂ ਨੇ ਇਸਤਰੀ ਦੀ ਜਿਹੜੀ ਇਹ ਮਹਾਨ ਸ਼ਕਤੀ ਆ ਇਸ ਇਸਤਰੀ ਨੂੰ ਇੱਕ ਛਵੀ ਦੇ ਰੂਪ ਦੇ ਵਿੱਚ ਵੀ ਜਿਹੜਾ ਹੈ ਨਾ ਛਲ ਦੇ ਤੌਰ ਉਤੇ ਵਰਤਿਆ ਹੈ ਜਿਵੇਂ ਦੇਵਤਿਆਂ ਤੇ ਰਕਸ਼ ਨੇ ਸਮੁੰਦਰ ਰੜਕਿਆ ਅਮਰਤ ਦੇ ਘੜੇ ਬਦਲੇ ਜਦ ਦੇਵਤਿਆਂ ਤੇ ਰਾਖਸ਼ਾਂ ਦੇ ਵਿੱਚ ਜਿਹੜਾ ਸਗਤ ਟਕਰਾਰ ਹੋਇਆ ਉਸ ਟਾਈਮ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਨ ਕੀਤਾ ਸੀ ਤੇ ਇਸ ਮੋਹਣੀ ਦੇ ਰੂਪ ਨੂੰ ਦੇਖਦੇ ਸਾਰੇ ਜਿਹੜੇ ਰਾਖਸ਼ ਬੁੱਧੀ ਵਾਲੇ ਲੋਕ ਹੀ ਸੀਗੇ ਹਨ ਉਹ ਇਸ ਰੂਪ ਦੇ ਇੰਨੇ ਕਾਇਲ ਹੋ ਗਏ ਸੀ ਕਿ ਉਹਨਾਂ ਨੂੰ ਸੋਧੀ ਨਹੀਂ ਕਿ ਅਮਰਤ ਕੀ ਹੁੰਦਾ ਹੈਗਾ ਤੇ ਸ਼ਰਾਬ ਜਿਹੜੀ ਆ ਉਹ ਕੀ ਹੁੰਦੀ ਆ ਲੇਕਿਨ ਦੇਖੋ ਆਪਾਂ ਦੇਖਦੇ ਹਾਂ ਕਿ ਸਮੇਂ-ਸਮੇਂ ਦੇ ਵਿੱਚ ਜਿਹੜੇ ਤਪੱਸਵੀ ਹੋਏ ਆ ਜਿਵੇਂ ਕਿ ਵਿਸ਼ਵਾਮਿੱਤਰ ਜੀ ਹੋਏ ਆ ਉਹਨਾਂ ਨੇ ਤਪੱਸਿਆ ਕਿਸੇ ਟਾਈਮ ਕੀਤੀ ਸੀ ਕਿ ਮਹਿੰਦਰ ਦਾ ਰਾਜ ਹਾਸਲ ਕਰਨਾ ਪਰ ਉਸ ਦੀ ਤਪੱਸਿਆ ਨੂੰ ਭੰਗ ਕਰਨ ਵਾਸਤੇ ਇੰਦਰ ਨੇ ਵੀ ਜਿਹੜੀਆਂ ਹਨਾ ਦੋ ਇਸਤਰੀਆਂ ਨੂੰ ਜਿਹੜਾ ਸੀਗਾ ਉਹਦੀ ਤਪੱਸਿਆ ਦੇ ਭੰਗ ਹੋਣ ਦੇ ਇਸਤੇਮਾਲ ਦੇ ਵਿੱਚ ਵਰਤਿਆ ਸੀਗਾ ਤੇ ਇੱਕ ਉਹਦੇ ਵਿੱਚੋਂ ਸੀਗੀ ਜਿਹੜੀ ਇਸਤਰੀ ਸੀ ਉਹਦਾ ਨਾਮ ਅpsariਆਂ ਦੇ ਇਹਦੇ ਇੱਕ ਦਾ ਨਾਮ ਸੀ ਰੰਬਾ ਤੇ ਦੂਸਰੀ ਦਾ ਨਾਮ ਸੀ ਮੇਨਕਾ ਸੋ ਦੇਖੋ ਇਹ ਜਿਹੜੇ ਹਨਾ ਛਲਵਾਲ ਹੈਗੇ ਸ਼ੁਰੂ ਤੇ ਹੁੰਦੇ ਆਏ ਖਾਸ ਕਰਕੇ ਅਪਨ ਦੇਖਦੇ ਹਾਂ ਕਿ ਜਦੋਂ ਇਨਸਾਨ ਅਧਿਆਤਮਿਕ ਮਾਰਗ ਦੇ ਉੱਤੇ ਚੱਲਦਾ ਹਨ ਇਸ ਅਧਿਆਤਮਿਕ ਮਾਰਗ ਤੇ ਚੱਲਣ ਵਾਸਤੇ ਬਹੁਤ ਵੱਡੀਆਂ ਸਾਵਧਾਨੀਆਂ ਦੀ ਲੋੜ ਹੈਗੀ ਆ ਜਿੱਥੇ ਇਨਸਾਨ ਨੂੰ ਆਪਣੇ ਜਿਹੜੇ ਵਿਚਾਰ ਬਾਹਰ ਮੁਖੀ ਆ ਜੋ ਸੰਸਾਰ ਦੇ ਰਸਾਂ ਕਸਾਂ ਦੇ ਵਿੱਚ ਫਸੇ ਹੁੰਦੇ ਆ ਇਹਨਾਂ ਰਸਾਂ ਕਸਾਂ ਤੋਂ ਤੋੜ ਕੇ ਉਹਨਾਂ ਵਿਚਾਰਾਂ ਨੂੰ ਉਸ ਚੇਤਨਾ ਨੂੰ ਅੰਦਰ ਲੈ ਆਉਣਾ ਸ਼ਬਦ ਦੇ ਨਾਲ ਜੋੜਨਾ ਜਿਸ ਸ਼ਬਦ ਦੇ ਨਾਲ ਜਪ ਕਰਕੇ ਅਸੀਂ ਪਰਮੇਸ਼ਰ ਦੇ ਨਾਲ ਜੋੜਦੇ ਹਾਂ ਪਰ ਇਹ ਕੰਮ ਜਿਹੜਾ ਹਨਾ ਇਹ ਕਠਨ ਹੈ ਕਿਉਂ ਸਿੱਖੀ ਜਿਹੜੀ ਹੈ ਨਾ ਕਠਨ ਹੈ ਛੋਟੀ ਖੇਡ ਨਹੀਂ ਹੈ ਭਗਤਾਂ ਕੀ ਚਾਲ ਨਰਾਲੀ ਚੱਲ ਨਰਾਲੀ ਭਗਤਾਂ ਕੇਰੀ ਵਿਖਮ ਵਰਗੇ ਚੱਲਣਾ ਪਰ ਇਹ ਤਾਂ ਇੱਕ ਮਨ ਦੇ ਨਾਲ ਜਿਹੜੀ ਹੈ ਨਾ ਅੰਦਰਲੀ ਕਿਰਿਆ ਹੈ ਪਰ ਖਾਸ ਕਰਕੇ ਜਿਹੜੀ ਸੰਸਾਰ ਦੀ ਮਾਇਆ ਜਿਹੜੀ ਵਾਹਿਗੁਰੂ ਨੇ ਰਚੀ ਹੈ ਨਾ ਇਸ ਮਾਇਆ ਦੇ ਵਿੱਚ ਵੀ ਗੁਰਸਿੱਖ ਨੂੰ ਬੜਾ ਸਾਵਧਾਨ ਰਹਿਣ ਦੀ ਲੋੜ ਹੈ ਇਸ ਸਾਵਧਾਨੀ ਵਿੱਚ ਸਭ ਤੋਂ ਵੱਡੀ ਅਗਰ ਇੱਕ ਸਭ ਤੋਂ ਤਾਂ ਤਾਂ ਆਪਾਂ ਦੇਖੀਏ ਜਿਹੜੇ ਗੁਰਮੁਖ ਦੇ ਪੰਧੀ ਆ ਉਹਨਾਂ ਦੀ ਸਾਵਧਾਨਤਾ ਇਸ ਗੱਲ ਤੇ ਨਿਰਭਰ ਕਰਦੀ ਜਾ ਕੇ ਉਹਨੇ ਇੱਕ ਇਸਤਰੀ ਤੋਂ ਕਿੰਨੀ ਦੂਰੀ ਬਣਾ ਕੇ ਰੱਖਣੀ ਆ ਕਿਉਂ ਅਗਰ ਉਹ ਦੂਰੀ ਬਣਾ ਕੇ ਨਹੀਂ ਰੱਖੇਗਾ ਤੇ ਉਹਦੀ ਸਾਧਨਾ ਨੂੰ ਭੰਗ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਜੇ ਅਗਰ ਇਸਤਰੀ ਦੇ ਅਗਰ ਉਹ ਕਰੀਬ ਹੋਏਗਾ ਉਸ ਤੋਂ ਦੂਰੀ ਬਣਾ ਕੇ ਨਾ ਰੱਖੇਗਾ ਤੇ ਕਰੀਬ ਦਾ ਭਾਵ ਇਹ ਹੁੰਦਾ ਹੈਗਾ ਕਿ ਜਿਵੇਂ ਕਿਸੇ ਸ਼ੇਰ ਸਿੰਘ ਦੇ ਕਰੀਬ ਜਾ ਚਲੇ ਜਾਣਾ ਜਾਂ ਕਿਸੇ ਜ਼ਹਿਰੀਲੇ ਨਾਗ ਦੇ ਸਾਹਮਣੇ ਜਿਹੜਾ ਸਗਾ ਬਿਲਕੁਲ ਖੜੇ ਹੋ ਜਾਣਾ ਬਸ ਇਹ ਚੀਜ਼ਾਂ ਜਿਹੜੀਆਂ ਹਨ ਇਸ ਤੋਂ ਗੁਰਸਿੱਖ ਬਹੁਤ ਜ਼ਿਆਦਾ ਸਾਵਧਾਨ ਹੋਣੇ ਚਾਹੀਦੇ ਆ ਇਸੇ ਕਰਕੇ ਸਾਨੂੰ ਜਿੰਨੇ ਵੀ ਮੁਹਾਤਮਾ ਹੋਏ ਹਨ ਉਹਨਾਂ ਦੇ ਜੀਵਨ ਦੀਆਂ ਇੱਕ ਟਰਾਂਮਾ ਇਹ ਦੱਸਦੀਆਂ ਹੈਗੀਆਂ ਕਿ ਇਸਤਰੀ ਜਿਹੜੀ ਹਨ ਚਾਹੇ ਉਹ ਸਭ ਤੋਂ ਵੱਧ ਪਾਵਰਫੁਲ ਸ਼ਕਤੀ ਹੈਗੀ ਆ ਇਹ ਸ਼ਕਤੀ ਜਿੱਥੇ ਸਾਨੂੰ ਧਾਰਮਿਕ ਰਸਤੇ ਤੇ ਤੁਰਨ ਦੇ ਵਿੱਚ ਮਦਦ ਵੀ ਕਰਦੀ ਆ ਨਾ ਉਸੇ ਸਾਧਨਾ ਦੇ ਵਿੱਚ ਰੁਕਾਵਟ ਵੀ ਬਣ ਸਕਦੀ ਆ ਪਰ ਇਹਦੇ ਵਿੱਚ ਉਸ ਇਸਤਰੀ ਦਾ ਕੋਈ ਕਸੂਰ ਨਹੀਂ ਹੁੰਦਾ ਇਹ ਮਹਾਤਮਾ ਵੀ ਜਿਹੜੇ ਜਾਣਦੇ ਕਿਉਂ ਇਹ ਮਾਇਆ ਜਿਹੜੀ ਸੂਖਮ ਮਾਇਆ ਹੈਗੀ ਪਰਮੇਸ਼ਰ ਨੇ ਬਣਾਈ ਆ ਇਹ ਇੰਨੀ ਪਰਵਲਵਾਹ ਨਾ ਕਿ ਇਹ ਮਾਇਆ ਜਿਹੜੀ ਹੈਗੀ ਆ ਕਿਸੇ ਇਸਤਰੀ ਦੇ ਸਿਰ ਚੜ ਵੀ ਬੋਲਦੀ ਆ ਉਹ ਤੇ ਹੈਵੀ ਹੋ ਜਾਂਦੀ ਆ ਲੇਕਿਨ ਇਸ ਖੇਡ ਨੂੰ ਆਮ ਜਿਹੜੇ ਦੁਨੀਆ ਦੇ ਇਨਸਾਨ ਸਮਝ ਨਹੀਂ ਸਕਦੇ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਇਸ ਇਸਤਰੀ ਦਾ ਹੀ ਕਸੂਰ ਹੈ ਜਿਹੜੀ ਇਹ ਇਨਾਂ ਜਿਹੜੇ ਮਹਾਤਮਾ ਦੇ ਪਾਸ ਗਈ ਆ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਇਸਤਰੀ ਦਾ ਕਸੂਰ ਨਹੀਂ ਹੁੰਦਾ ਕਿਉਂ ਕਿ ਉਹ ਮਾਇਆ ਜਿਹੜੀ ਹੈ ਨਾ ਇਸਤਰੀ ਰੂਪ ਹੋ ਕੇ ਉਹਦੇ ਅੰਦਰ ਦੇ ਵਿੱਚੋਂ ਦੀ ਜਿਹੜੀ ਹੈਗੀ ਉਹਦੀ ਤਪੱਸਿਆ ਉਹਦੀ ਬੰਦਗੀ ਨੂੰ ਭੰਗ ਕਰਨ ਵਾਸਤੇ ਇਹ ਜਿਹੜੀ ਕੋਸ਼ਿਸ਼ ਹੈ ਮਹਾਤਮਾ ਦੇ ਪਾਸ ਜਾ ਕੇ ਕਰਦੇ ਆ ਤੇ ਇਸੇ ਕਰਕੇ ਜਿਹੜੇ ਮਹਾਤਮਾ ਹੈਗੇ ਉਹਨਾਂ ਨੂੰ ਪਤਾ ਹੁੰਦਾ ਕਿ ਮਾਇਆ ਦਾ ਅਗਰ ਸਭ ਤੋਂ ਭਿਆਨਕ ਹਮਲਾ ਹੋ ਸਕਦਾ ਉਹ ਹੁੰਦਾ ਹੈ ਇਸਤਰੀ ਦੇ ਸਰੀਰ ਦੇ ਵਿੱਚੋਂ ਦੀ ਇਸੇ ਕਰਕੇ ਅੱਪ ਬਬਨਾ ਸੋਹਣਾ ਦੇ ਜੀਵਨ ਦਰਸ਼ਨਾਂ ਦੇ ਵਿੱਚ ਦੇਖਦੇ ਹਾਂ ਕਿ ਬਬਨਾ ਸੋਹਣਾ ਨੇ ਇੱਕ ਜੁਕਤ ਬਣਾਈ ਸੀ ਉਹ ਜੋਤ ਕੀ ਸੀ ਕਿ ਅਗਰ ਕਿਸੇ ਇਸਤਰੀ ਜਾਂ ਬੀਬੀ ਨੇ ਜਿਹੜਾ ਸੀ ਉਹਨਾਂ ਦੇ ਦਰਸ਼ਨ ਕਰਨ ਆਉਣਾ ਤੇ ਮਹਾਪੁਰਖਾਂ ਨੇ ਕਿਹਾ ਕਿ ਉਹ ਇੱਕ ਆਪਣੇ ਨਾਲ ਨਾ ਵਾਕਬ ਬੰਦਾ ਜਿਹੜਾ ਜ਼ਰੂਰ ਲੈ ਕੇ ਆਵੇ ਜੋ ਉਹਦੇ ਜਿਆਦਾ ਕਰੀਬੀ ਹੋਵੇ ਰਿਸ਼ਤੇਦਾਰ ਹੋਵੇ ਭੈਣ ਭਰਾ ਹੋਵੇ ਪਿਤਾ ਹੋਵੇ ਤਾਇਆ ਚਾਚਾ ਕੋਈ ਵੀ ਹੋਵੇ ਉਸ ਤੋਂ ਬਗੈਰ ਮਹਾਪੁਰਖ ਜਿਹੜੇ ਸੀ ਉਹ ਬੀਬੀ ਦੇ ਨਾਲ ਕਦੀ ਗੱਲਬਾਤ ਨਹੀਂ ਸੀ ਕਰਦੇ ਸੋ ਇਸ ਕਰਕੇ ਪਰੇਦਾਰਾਂ ਨੂੰ ਖਿਆਸ ਹਦਾਇਤ ਦਿੱਤੀ ਜਾਂਦੀ ਸੀ ਪਰ ਉਹਨਾਂ ਦੇ ਜੀਵਨ ਦਰਸ਼ਨ ਚ ਆਉਂਦਾ ਇੱਕ ਵਾਰੀ ਇੱਕ ਬੀਬੀਆਂ ਦਾ ਜਿੱਥਾ ਜਦੋਂ ਦਰਸ਼ਨ ਕਰਨ ਵਾਸਤੇ ਆਇਆ ਤਾਂ ਫਿਰ ਉਹ ਸੇਵਾਦਾਰ ਨੇ ਮੌਰੀਅਮ ਪੁੱਛਿਆ ਕਿ ਤੁਸੀਂ ਅੰਦਰ ਮਹਾਪੁਰਖ ਦੇ ਦਰਸ਼ਨ ਕਰਨੇ ਬੱਬਾ ਨਾ ਸੋਹਣਾ ਦੇ ਤੁਹਾਡੇ ਨਾਲ ਜਿਹੜਾ ਹੈਗਾ ਕੋਈ ਪੁਰਖ ਹੈ ਕੋਈ ਢੱਡਾ ਕੋਈ ਰਿਸ਼ਤੇਦਾਰ ਕੋ ਤਾਇਆ ਚਾਚਾ ਪਿਤਾ ਭੈਣ ਭਰਾ ਜਦ ਇੰਨੀ ਗੱਲ ਹੋਈ ਤਾਂ ਇਸਤਰੀਆਂ ਕਹਿਣ ਲੱਗੀਆਂ ਕਿ ਭਾਈ ਅਸੀਂ ਤਾਂ ਇੰਨੀਆਂ ਬੀਬੀਆਂ ਇਕੱਠੀਆਂ ਹੋ ਕੇ ਆਈਆਂ ਹੈ ਸਾਨੂੰ ਕਿਸੇ ਬੰਦੇ ਦੀ ਕੀ ਲੋੜ ਜਦ ਇੰਨੀ ਗੱਲ ਹੋਈ ਤਾਂ ਉਹਨੇ ਜਿਹੜਾ ਪਹਿਰੇਦਾਰ ਸੀ ਉਹਨੇ ਬੀਬੀਆਂ ਨੂੰ ਇਹ ਗੱਲ ਕਹਿ ਦਿੱਤੀ ਕਿ ਮਹਾਪੁਰਖਾਂ ਦਾ ਹੁਕਮ ਹੈ ਕਿ ਬਿਨਾਂ ਕਿਸੇ ਮਰਦ ਤੋਂ ਚਾਹੇ ਇਸਤਰੀਏ ਕੋਵੇ ਚਾਹੇ 50 ਇਸਤਰੀਆਂ ਹੋਣ ਉਹ ਅੰਦਰ ਮਹਾਪੁਰਖਾਂ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਆ ਤੇ ਜਦ ਇੰਨੀ ਗੱਲ ਹੋਈ ਤਾਂ ਇੱਕ ਬੀਬੀ ਵਿੱਚੋਂ ਬੋਲ ਪਈ ਕਿ ਅਗ ਜੇਕਰ ਇਹਨਾਂ ਬਾਬਿਆਂ ਨੂੰ ਇਹਨਾਂ ਬੀਬੀਆਂ ਤੋਂ ਇੰਨਾ ਹੀ ਡਰ ਲੱਗਦਾ ਹੈ ਤੇ ਇਹ ਵੀ ਬਾਬਾ ਜਿਹੜਾ ਹੈ ਨਾ ਬੀਬੀਆਂ ਦੀ ਕੁੱਖ ਦੇ ਵਿੱਚੋਂ ਹੀ ਪੈਦਾ ਹੋਇਆ ਹੈ ਜਦ ਇੰਨੀ ਗੱਲ ਹੋਈ ਹੈ ਤਾਂ ਅੰਦਰੋਂ ਬਾਬਾ ਨੰਸ ਹੁਣੀ ਜਿਹੜੇ ਉਸ ਟਾਈਮ ਕੂਟੀਆ ਦੇ ਵਿੱਚ ਬੈਠੇ ਸੀ ਉੱਚੀ ਦੇਣੀ ਬੋਲ ਪਏ ਉਹ ਕਹਿਣ ਲੱਗੇ ਵੇ ਗੱਲ ਤਾਂ ਤੇਰੀ ਠੀਕ ਹੈਗੀ ਆ ਸਾਰੇ ਹੀ ਜਨ ਜਿਹੜੀ ਪ੍ਰਦੇਸ਼ ਹੈਗੀ ਉਹ ਉਹ ਇਸਤਰੀ ਦੇ ਕੁੱਖ ਦੇ ਵਿੱਚੋ ਹੀ ਹੁੰਦੀ ਆ ਪਰ ਕਹਿੰਦੇ ਅਸੀਂ ਢਾਡੇ ਨਾਲ ਇਹ ਜੋ ਕਾਨੂੰਨ ਹੈਗਾ ਕਿ ਗਲਬਤ ਕਰਨ ਦਾ ਇਸ ਨੂੰ ਭੰਗ ਕਰਕੇ ਦੁਬਾਰਾ ਜਿਹੜਾ ਗਰਭ ਦੇ ਵਿੱਚ 9 9 10 10 ਮਹੀਨੇ ਪੁੱਠੇ ਨਹੀਂ ਲਟਕਣਾ ਹੈ। ਸੋ ਕਹਿਣ ਤੋਂ ਪਾਵੇ ਇਹ ਹੈ ਕਿ ਇਹ ਮਹਤਮਾ ਮਰਜ਼ਾਦਾ ਕਿਉਂ ਬਣਾਉਂਦੇ ਆ ਮਰਜ਼ਾਦਾ ਇਸ ਵਾਸਤੇ ਬਣਾਈ ਜਾਂਦੀ ਆ ਤਾਂ ਜੋ ਜਿਹੜੀਆਂ ਹਨ ਸ਼ੁਰੂ ਦੀਆਂ ਅਵਸਥਾਾਂ માં ਹੁੰਦੀਆਂ ਹੈਗੀਆਂ ਇਹ ਬੜੀਆਂ ਗੁੰਝਲਦਾਰ ਹੁੰਦੀਆਂ ਕਿਉਂ ਜੋ ਜੋ ਜਿਹੜਾ ਨਾਮ ਅਭਿਆਸੀ ਆ ਉਹ ਪਰਮੇਸ਼ਰ ਦੇ ਸ਼ਬਦ ਦੇ ਨਾਲ ਜੁੜਦਾ ਹਨ ਤਿਉ ਤਿਉ ਫੇ ਉਹਦੇ ਉੱਤੇ ਬਾਹਰੀ ਜਿਹੜੀ ਮਾਇਆ ਹੈਗੀ ਉਹ ਕਈ ਰੂਪਾਂ ਦੇ ਵਿੱਚ ਹਮਲੇ ਕਰਦੀ ਆ ਇਹਨਾਂ ਨੂੰ ਸਾਨੂੰ ਗੁਰਬਾਣੀ ਦੇ ਵਿੱਚ ਇੱਕ ਨਹੀਂ ਨੇਕਾਂ ਪ੍ਰਮਾਣ ਮਿਲਦੇ ਜਿਵੇਂ ਕਬੀਰ ਸਾਹਿਬ ਮਹਾਰਾਜ ਨੇ ਆਖਿਆ ਹੈ ਕਬੀਰ ਆਈ ਮੁਜਪੈ ਅਨਿਕ ਕਰੇ ਕਰ ਭੇਸ ਹਮ ਰਖੇ ਗੁਰੂ ਆਪਣੇ ਉਨ ਕੀ ਨੋ ਆਦੇਸ਼ ਕਹਿੰਦੇ ਮਾਇਆ ਸੂਖਮ ਰੂਪ ਦੇ ਵਿੱਚ ਮੇਰੇ ਉੱਤੇ ਕਈ ਵਾਰ ਹਮਲੇ ਕਰਨ ਆਈ ਔਰ ਕਈਆਂ ਪੀਖਾਂ ਦੇ ਵਿੱਚ ਕਈਆਂ ਤਰੀਕਾਂ ਦੇ ਵਿੱਚ ਇਹ ਜਿਹੜਾ ਛਾਲਵਾ ਮੇਰੇ ਨਾਲ ਕਈ ਵਾਰੀ ਹੋਣ ਦੀ ਕੋਸ਼ਿਸ਼ ਹੋਈ ਪਰ ਕਹਿੰਦੇ ਵੀ ਮੇਰੇ ਗੁਰੂ ਨੇ ਮੇਰੇ ਤੇ ਹੱਥ ਜਿਹੜਾ ਰੱਖਿਆ ਸੀਗਾ ਜਿਹਦੇ ਕਰਕੇ ਸਾਡਾ ਜਿਹੜਾ ਸੀ ਬਚਾਅ ਹੁੰਦਾ ਰਿਹਾ ਅਸੀਂ ਪਸੰਦ ਪਬਾਤਰ ਸਵਿੰਗ ਜੀ ਮਸਤੌਣੇ ਮਹਾਂਪੁਰਖਾਂ ਦੇ ਜੀਵਨ ਦਰਸ਼ਨਾ ਵਿੱਚ ਵੀ ਦੇਖਦੇ ਆ ਕਿਵੇਂ ਇੱਕ ਵਾਰੀ ਮਹਾਂਪੁਰਖ ਦੇ ਰਏ ਸਗੇ ਉਹ ਕਿਸੇ ਬੰਦਗੀਤ ਭਜਨ ਦੇ ਵਿੱਚ ਬੈਠੇ ਸਕੇ ਅਚਨਚੇਤ ਇੱਕ ਬੀਬੀ ਜਿਹੜੀ ਸੀਗੀ ਉਹ ਉੱਥੇ ਜੱਕਦਮ ਆ ਗਈ ਜਾਦਾ ਗਈ ਤੇ ਜਿਉਂ ਹੀ ਮਹਾਪੁਰਖਾਂ ਦੀ ਜਿਹੜੀ ਸੁਰਤ ਸੀ ਉਹ ਆਪਣੇ ਭਜਨ ਦੇ ਵਿੱਚੋਂ ਬਾਹਰ ਆਈ ਤਾਂ ਕੀ ਦੇਖਿਆ ਉਹ ਜਿਹੜਾ ਬੀਬੀ ਦਾ ਪ੍ਰਭਾਵ ਸੀਗਾ ਉਹਦੇ ਪ੍ਰਭਾਵ ਦੇ ਕਾਰਨ ਸੰਤ ਬਾਬਾ ਅਤਰਸੂ ਹੋਣਾਂ ਦੀ ਅੱਖ ਖੁੱਲੀ ਕਿਉਂ ਉਸ ਬੀਬੀ ਦੇ ਉੱਤੇ ਮਹਾਪੁਰਖ ਨੇ ਦੇਖ ਲਿਆ ਸੀਗਾ ਕਿ ਮਾਇਆ ਜਿਹੜੀ ਸੀਗੀ ਉਹ ਕਾਮ ਰੂਪ ਹੋ ਕੇ ਬੀਬੀ ਦੇ ਉੱਤੇ ਸਵਾਰ ਹੋਈ ਸੀ ਤਾਂ ਫਿਰ ਸੰਤ ਅਬਾ ਬਾਤਰਸੂ ਹੁਣਾਂ ਨੇ ਜੋਰ ਦੇਣੀ ਜਿਹੜੇ ਸੀਗੇ ਆਪਣੇ ਜਿਹਨੇ ਸੰਗੀ ਸਾਥੀ ਸੇਵਾਦਾਰ ਸਿੰਘ ਸੀ ਉਹਨਾਂ ਨੂੰ ਵਾਜਾ ਵਾਜਾਮਾਨੀਆਂ ਸ਼ੁਰੂ ਕਰ ਦਿੱਤੀ ਤੇ ਕੋਈ ਹੈ ਜਦ ਇੰਨੀ ਗੱਲ ਹੋਈ ਤਾਂ ਜਰ ਸਿੰਘ ਦੌੜ ਕੇ ਤੇ ਉਹ ਜਿਹੜੀ ਬੀਬੀ ਸੀਗੀ ਫਿਰ ਉੱਥੋਂ ਜਿਹੜੀ ਸੀ ਉਹ ਚਲੀ ਗਈ ਇਸ ਤਰ੍ਹਾਂ ਅਸੀਂ ਇੱਕ ਨਹੀਂ ਅਨੇਕਾਂ ਮਾਪੁਰਖਾਂ ਦੇ ਜੀਵਨ ਦੇ ਵਿੱਚ ਦੇਖਦੇ ਹਾਂ ਕਿ ਭਗਤਪੂਰਨ ਸਿੰਘ ਹੋਣ ਦਾ ਵੀ ਅਗਰ ਆਪਾਂ ਜੀਵਨ ਦਰਸ਼ਨਾਂ ਦੀ ਦੇਖਦੇ ਹਾਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਵੀ ਅੰਮ੍ਰਿਤਸਰ ਜਿਹੜੀ ਸੀ ਇੱਕ ਬੀਬੀ ਜਿਹੜੀ ਸੀ ਉਹ ਉਹਨਾਂ ਦੇ ਕਮਰੇ ਦੇ ਵਿੱਚੋਂ ਮੱਲੋ ਜੋਰੀ ਅੰਦਰ ਜਿਹੜੀ ਸੀ ਉਹ ਦਾਖਲ ਹੋ ਗਈ ਜਿਸ ਟਾਈਮ ਭਗਤਪੂਰਨ ਸਿੰਘ ਜੀ ਗੁਰਬਾਣੀ ਦਾ ਪਾਠ ਕਰ ਰਹੇ ਸੀ ਤੇ ਜਦ ਭਗਤ ਪੂਰਨ ਸਿੰਘ ਹੋਣਾ ਨੇ ਉਸ ਬੀਬੀ ਦੀ ਨੀਅਤ ਨੂੰ ਤਾੜ ਲਿਆ ਉਸੇ ਟਾਈਮ ਉੱਚ ਉੱਚ ਕਲਗੀਧਰ ਮਹਾਰਾਜ ਨੂੰ ਵਜਮਾਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਬਚਾਓ ਮੈਨੂੰ ਬਚਾਓ ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਜੀ ਮੈਨੂੰ ਇਸ ਤੋਂ ਬਚਾ ਲਓ ਸੋ ਕਹਣ ਤੋਂ ਭਾਵੇਂ ਆ ਕਿ ਮਹਾਪੁਰਖਾਂ ਨੂੰ ਇਹ ਜਿਹੜੀ ਇਸਤਰੀ ਤੋਂ ਦੂਰੀ ਆ ਇਸ ਨੂੰ ਬਣਾ ਕੇ ਰੱਖਣਾ ਇਹ ਤਾਂ ਹੁੰਦਾ ਹੈ ਤਾਂ ਜੋ ਉਹਨਾਂ ਦੇ ਭਜਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਿਗਨ ਨਾ ਪਵੇ ਕਿਉਂ ਇਹ ਜਿਹੜੇ ਸੂਖਮ ਹੱਲੇ ਹਨ ਇਹ ਮਹਾਤਮਾ ਦੇ ਉੱਤੇ ਖਾਸ ਕਰਕੇ ਹੁੰਦੇ ਆ ਕਿਉਂਕਿ ਮਹਾਤਮਾ ਦੀ ਵੰਦਗੀ ਜਿਹੜਾ ਅਸਰ ਵਹਣਾ ਤੇਜ ਤਪ ਹੈਗਾ ਉਹਦਾ ਪ੍ਰਭਾਵ ਇੰਨਾ ਵੱਧ ਜਾਂਦਾ ਹੈਗਾ ਕਿ ਜਿਸ ਕਰਕੇ ਮਾਇਆ ਜਿਹੜੀ ਹੈ ਕਈਆਂ ਰੰਗਾ ਰੂਪਾਂ ਦੇ ਵਿੱਚ ਆ ਕੇ ਉਸ ਦੇ ਇਸ ਤਾਪਣ ਥੱਲੇ ਡਿੱਗਣ ਦੀ ਕੋਸ਼ਿਸ਼ ਕਰਦੀ ਆ ਅਗਰ ਇਨਸਾਨ ਇਹ ਬਾਹਰਲੀ ਮਾਇਆ ਜਿਹੜੀ ਪ੍ਰਗਟ ਰੂਪ ਦੇ ਵਿੱਚ ਅਗਰ ਇਹ ਤੋਂ ਬਚ ਚਵੇ ਤਾਂ ਫਿਰ ਇਹੋ ਇਹ ਜਿਹੜੀ ਮਾਇਆ ਹੈਗੀ ਆ ਫਿਰ ਗੁਪਤ ਰੂਪ ਦੇ ਵਿੱਚ ਅੰਦਰੋਂ ਆਣੀ ਸ਼ੁਰੂ ਹੋ ਜਾਂਦੀ ਆ ਜਿਵੇਂ ਸੰਤ ਰਾੜੇ ਵਾਲੇ ਮਹਾਂਪੁਰਖ ਬੱਬਾ ਈਸ਼ਰ ਸਿੰਘ ਜੀ ਦੱਸਦੇ ਸੀਗੇ ਕਿ ਜਦੋਂ ਇੱਕ ਵਾਰ ਉਹਨਾਂ ਦੀ ਵਸਤਾ ਇਸ ਢੰਗ ਦੀ ਹੋਈ ਸੀਗੀ ਕਿ ਜਿਹੜੀਆਂ ਰਿੱਧੀਆਂ ਸੀਗੀਆਂ ਸੀਗੀਆਂ ਇਹ ਰੂਪ ਧਾਰ ਕੇ ਕਹਿੰਦੇ ਸਾਡੇ ਮੋਹਰੇ ਆ ਕੇ ਪ੍ਰਤੱਖ ਖੜੀਆਂ ਹੋ ਗਈਆਂ ਸੀ ਤੇ ਕਹਿੰਦੇ ਪ੍ਰਤੱਖ ਖੜੀਆਂ ਹੋ ਕੇ ਉਹ ਸਾਨੂੰ ਕਹਿਣ ਲੱਗੇ ਕਿ ਤੁਸੀਂ ਸਾਨੂੰ ਅਪਣਾ ਲਓ ਜੇ ਤੁਸੀਂ ਸਾਨੂੰ ਅਪਣਾ ਲਓਗੇ ਤਾਂ ਅਸੀਂ ਤੁਹਾਡੀ ਜੋ ਤੁਸੀਂ ਕਹੋਗੇ ਤੁਹਾਡੀ ਸੇਵਾ ਕਰਾਂਗੇ ਔਰ ਦੇਖੋ ਕੱਲੀ ਕੱਲੀ ਸਿੱਧੀ ਜਿਹੜੀ ਆ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਅਗਰ ਸਿੱਧੀ ਕਹਿੰਦੀ ਆ ਕਿ ਮੈਂ ਅਗਰ ਤੂੰ ਮੇਰੇ ਨਾਲ ਜਿਹੜਾ ਹੈਗਾ ਆਪਣੇ ਆਪ ਨੂੰ ਜੋੜ ਲਵੇਂ ਤਾਂ ਮੈਂ ਤੈਨੂੰ ਪੂਰੇ ਬ੍ਰਹਮਣ ਦੀ ਸੈਰ ਕਰਾ ਸਕਦੀ ਆ ਤੇ ਦੂਸਰੀ ਸਿੱਧੀ ਜਿਹੜੀ ਆਖਦੀ ਸੀ ਕਿ ਤੁਸੀਂ ਦੁਨੀਆ ਦੇ ਜਿੰਨੇ ਵੀ ਪਦਾਰਥ ਗੋਪਤ ਪਦਾਰਥਾਂ ਮੈਂ ਢਾਡੇ ਲਿਆ ਕੇ ਮੋਰੀ ਢੇਰੀ ਕਰ ਦਵਾਂਗੇ ਇਸ ਤਰ੍ਹਾਂ ਸੇ ਜਿਹੜੀਆਂ ਸਾਰੀਆਂ ਸਿੱਧੀਆਂ ਸੀਗੀਆਂ ਬਹੁਤ ਸੁੰਦਰ ਮੂਨੀ ਰੂਪਾਂ ਦੇ ਵਿੱਚ ਮਹਾਂਪੁਰਖ ਦੱਸਦੇ ਕਿ ਸਾਡੇ ਸਾਹਮਣੇ ਆਈਆਂ ਸੀਗੀਆਂ ਪਰ ਅਸੀਂ ਕਿਸੇ ਵੱਲ ਅੱਖ ਚੱਕ ਕੇ ਵੀ ਨਹੀਂ ਸੀ ਦੇਖਿਆ ਕਿਉਂ ਸਾਡਾ ਨਿਸ਼ਾਨਾ ਕੇਵਲ ਤੇ ਕੇਵਲ ਵਾਹਿਗੁਰੂ ਜੀ ਸੀ ਤੇ ਜਿਹੜੇ ਵਾਹਿਗੁਰੂ ਹੈਗੇ ਆ ਜਦ ਤੱਕ ਉਹਨਾਂ ਦੀ ਪ੍ਰਾਪਤੀ ਉਹਨਾਂ ਦਾ ਠਹਿਰਾ ਪੱਕੇ ਤੌਰ ਦੇ ਹਿਰਦੇ ਦੇ ਵਿੱਚ ਨਾਮ ਬਸੇ ਤੇ ਤੈਕ ਇਹ ਜਿਹੜਾ ਖਤਰਾ ਹੈਗਾ ਇਸ ਮੋਹਣੀ ਮਾਇਆ ਦਾ ਇਹ ਜਗਿਆਸੂ ਦੇ ਉੱਤੇ ਹਮੇਸ਼ਾ ਬਣਿਆ ਰਹਿੰਦਾ ਹੈ ਆਪਾਂ ਇਹ ਵੀ ਦੇਖਦੇ ਹਾਂ ਕਿ ਸੰਤ ਪੱਪਾ ਬੂਟਾ ਸਿੰਘ ਜੀ ਹੋਏ ਆ ਟਾਂਡੇ ਵਾਲੇ ਮਹਾਂਪੁਰਖ ਜਦ ਕਿ ਉਹ ਬਿਲਕੁਲ ਮਸਤ ਸਾਧੂ ਹੁੰਦੇ ਸੀਗੇ ਤੰਤੇ ਕਦੀ ਕੱਪੜਾ ਨਹੀਂ ਸੀ ਰੱਖਦੇ ਹੁੰਦੇ ਉਹਨਾਂ ਦੇ ਜੀਵਨ ਦਰਸ਼ਨ ਵਿੱਚ ਆਉਂਦਾ ਕਿ ਇੱਕ ਬੀਬੀ ਵਾਕਿਆ ਹੀ ਇੱਕ ਵਾਰ ਜਦੋਂ ਮਹਾਂਪੁਰਖ ਬੈਠੇ ਸੀਗੇ ਤੇ ਉਹਨਾਂ ਦੇ ਪਿੱਛੇ ਜਿਹੜੀ ਸੀਗੀ ਉਹ ਆਉਣੀ ਸ਼ੁਰੂ ਹੋਈ ਜਦ ਉਹਨਾਂ ਮਹਾਪੁਰਖਾਂ ਦਾ ਪਿਛਾ ਕਰਨ ਲੱਗੇ ਤਾਂ ਮਹਾਪੁਰਖਾਂ ਨੇ ਦੇਖਿਆ ਕਿ ਇਸ ਬੀਬੀ ਦੀ ਨੀਤ ਜਿਹੜੀ ਹੈਗੀ ਆ ਖਰਾਬ ਹੈਗੀ ਆ ਤੇ ਮਹਾਪੁਰਖ ਜਿਹੜੇ ਸੀਗੇ ਉਸ ਤੋਂ ਬਚਦੇ ਬਚਾਉਂਦੇ ਪਹਿਲਾਂ ਤਾਂ ਉਹਨੂੰ ਗਾਲਾਂ ਕੱਢਦੇ ਸੀ ਪਰ ਉਸ ਤੋਂ ਪਰੇ ਹੁੰਦੇ ਹੋਏ ਉਹਨੇ ਆਪਣੀ ਜਿੱਥੇ ਝੌਂਪੜੀ ਸੀ ਜਿੱਥੇ ਰਹਿੰਦੇ ਸੀ ਬੱਬਾ ਬੂਟਾ ਜੀ ਉੱਥੇ ਆ ਗਏ ਪਰ ਜਦ ਉਹ ਇਸਤਰੀ ਨੇ ਮੌਕਾ ਦੇਖਿਆ ਕਿ ਹੁਣ ਇਹ ਮਹਾਪੁਰਖ ਆਪਣੇ ਟਿਕਾਣੇ ਤੇ ਪਹੁੰਚ ਗਏ ਆ ਤੇ ਮੈਂ ਇਹਨਾਂ ਦਾ ਛਾਲ ਤਪੱਸਿਆ ਜਿਹੜੀ ਜੋ ਭੰਗ ਕਰ ਸਕਦੀ ਆ ਪਰ ਜਿਉਂ ਹੀ ਅੰਦਰ ਹੋਈ ਤਬਾ ਬਾਬਾ ਬੂਟਾ ਜੀ ਉਹਨਾਂ ਨੇ ਆਪਣਾ ਸਲੀ ਸਰੀਰ ਜਿਹੜਾ ਸੀ ਪੂਰੀ ਤਰ੍ਹਾਂ ਖਲਾਰ ਦਿੱਤਾ ਸਿਰ ਕਿਤੇ ਬਾਹ ਕਿਤੇ ਪੈਰ ਕਿਤੇ ਇਹ ਇਹੋ ਜਿਹਾ ਜਿਹੜਾ ਰੂਪ ਦੇਖ ਕੇ ਉਹ ਬੀਬੀ ਦਾ ਜਿਹੜਾ ਕਾਮ ਦਾ ਰੂਪ ਸੀ ਵਾਸ਼ਨਾ ਜਿਹੜੀ ਉਹਨੂੰ ਚੜੀ ਹੋਈ ਸੀ ਸਾਰੀ ਥੱਲੇ ਡਿੱਗ ਪਈ ਤੇ ਉਹਨੇ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਕਿ ਬਾਬੇ ਬੂਟੇ ਨੂੰ ਕਿਸ ਨੇ ਵੜ ਦਿੱਤਾ ਕਿਸ ਨੇ ਵੜ ਦਿੱਤਾ ਕਿਸ ਨੇ ਵੜ ਦਿੱਤਾ ਲੇਕਿਨ ਇਹ ਮਹਾਂਪੁਰਖਾਂ ਦੀ ਲੀਲਾ ਸੀਗੀ ਕਿ ਇਸ ਅਟੈਕ ਤੋਂ ਇਸ ਹਮਲੇ ਤੋਂ ਕਿਸ ਤਰ੍ਹਾਂ ਬਚਣਾ ਹੈਗਾ ਸੋ ਕਹਿਣ ਤੋਂ ਪਾਵੇਗਾ ਕਿ ਔਰਤ ਤੋਂ ਨੇੜਤਾ ਜਿਹੜੀ ਹੈਗੀ ਆ ਇਸ ਨੂੰ ਆਪਣੇ ਉੱਤੇ ਇਸ ਤਰ੍ਹਾਂ ਹੈਵੀ ਨਹੀਂ ਕਰਨਾ ਕਿ ਅਗਰ ਢਾਡੇ ਆ ਢਾਡੀ ਤਪੱਸਿਆ ਨੂੰ ਢਾਡੀ ਬੰਦਗੀ ਨੂੰ ਕੋਈ ਫਰਕ ਪੈਂਦਾ ਹੋਵੇ ਜਿਵੇਂ ਇੱਕ ਮਹਾਤਮਾ ਜਿਹੜੇ ਸੀਗੇ ਉਹ ਦੱਸਦੇ ਸੀਗੇ ਕਿ ਇੱਕ ਮੈਂ ਇੱਕ ਵਾਰ ਇੱਕ ਬੀਬੀ ਜਿਹੜੀ ਮੈਨੂੰ ਬਹੁਤ ਜ਼ੋਰ ਦੇ ਰਹੀ ਸੀ ਕਿ ਤੁਸੀਂ ਮੈਨੂੰ ਇਹਨਾਂ ਮਹਾਤਮਾ ਦੇ ਦਰਸ਼ਨ ਕਰਾਓ ਕਹਿੰਦੇ ਕਿ ਮੈਂ ਉਸ ਬੀਬੀ ਨੂੰ ਲੈ ਕੇ ਹਨ ਉਹਨਾਂ ਮਾਪੁਰਖਾਂ ਦੇ ਪਾਸ ਚਲੇ ਗਿਆ ਜਦ ਗਏ ਤਾਂ ਕਹਿੰਦੇ ਉਸੇ ਬੀਬੀ ਨੇ ਕੁਝ ਫਾਲਡ ਜਿਹੜੇ ਸੀ ਨਾਲ ਲੈ ਕੇ ਆਈ ਤੇ ਨਾਲ 50 ਰੁਪਏ ਉਹਨੇ ਫੜ ਰੱਖ ਕੇ ਤੇ 50 ਰੁਪਏ ਰੱਖ ਕੇ ਕਿੰਨੇ ਮਹਤਵਾਂ ਨੂੰ ਮੱਥਾ ਟੇਕਿਆ ਜਦ ਮੱਥਾ ਟੇਕਿਆ ਤਾਂ ਕਿੰਨੇ ਮਹਤਮਾ ਨੇ ਵੀ ਸੁੱਤੇ ਸਦ ਉਹਦੇ ਉੱਤੇ ਨਜ਼ਰ ਮਾਰੀ ਤਉਨੂੰ ਪੁੱਛਿਆ ਵੀ ਬੀਬਾ ਕਿੱਥੋਂ ਆਈਆਂ ਕਹਿੰਦੇ ਉਹਨੇ ਆਪਣਾ ਟਿਕਾਣਾ ਦੱਸਿਆ ਕਿ ਮੈਂ ਇੱਥੋਂ ਆਈਆਂ ਫਿਰ ਉਹਨੂੰ ਪੁੱਛਿਆ ਅੱਛਾ ਇਹ ਦੱਸ ਬਈ ਤੇਰਾ ਹੋਰ ਘਰ ਪਰਿਵਾਰ ਸਭ ਠੀਕ ਹੈ ਉਹ ਕਹਿੰਦੀ ਵੀ ਹਾਂਜੀ ਸਭ ਠੀਕ ਹੈ ਮਹਾਂਪੁਰਖਾਂ ਨੇ ਪੁੱਛਿਆ ਵੀ ਤੂੰ ਕੱਲੀ ਆਈਆਂ ਬਈ ਤੇਰਾ ਘਰ ਵਾਲਾ ਨਹੀਂ ਆਇਆ ਉਹ ਕਹਿੰਦੀ ਜੀ ਨਹੀਂ ਮੇਰਾ ਮੇਰੀ ਸ਼ਾਦੀ ਨਹੀਂ ਹੋਈ ਮੇਰਾ ਵਿਆਹ ਨਹੀਂ ਹੋਇਆ ਮਹਾਂਪੁਰ ਕਹਿੰਦੇ ਅੱਛਾ ਤੇਰਾ ਵਿਆਹ ਨਹੀਂ ਹੋਇਆ ਕਹਿੰਦੇ ਨਹੀਂ ਮਹਾਂਪੁਰ ਕਹਿੰਦੇ ਕਾਤੇ ਨਹੀਂ ਹੋਇਆ ਫਿਰ ਉਹ ਬੀਬੀ ਕਹਿਣ ਲੱਗੀ ਵੀ ਦਰਸਲ ਗੱਲ ਇਹ ਹੈਗੀ ਆ ਕਿ ਮੇਰੇ ਜਿਹੜੇ ਹਨਾ ਬਾਕੀ ਪਰਿਵਾਰ ਦੇ ਭੈਣ ਭਰਾ ਮੇਰੇ ਤੋਂ ਛੋਟੇ ਸੀ ਉਹਨਾਂ ਦੀ ਜ਼ਿੰਮੇਵਾਰੀ ਮੇਰੇ ਤੇ ਸੀ ਇਸ ਕਰਕੇ ਪਹਿਲਾਂ ਮੈਂ ਉਹਨਾਂ ਦੇ ਵਿਆਹ ਕਰ ਦਿੱਤੇ ਤੇ ਉਹਨਾਂ ਦੇ ਵਿਆਹ ਕਰਨ ਤੋਂ ਬਾਅਦ ਫਿਰ ਜਿਹੜੇ ਸੀ ਮੈਂ ਸੋਚਿਆ ਕਿ ਇਹ ਸਾਰੀ ਕਬੀਲ ਦਾ ਜਿਹੜੀ ਹੈਗੀ ਆ ਉਹ ਮੈਂ ਨਜੱਠ ਦਿਆਂ ਤੇ ਹੁਣ ਕਹਿੰਦੇ ਫਿਰ ਮੈਂ ਇਸ ਕਰਕੇ ਆਪਣਾ ਵਿਆਹ ਨਹੀਂ ਕਰਾਇਆ ਜਦ ਇਹ ਨਹੀਂ ਗੱਲ ਹੋਈ ਤਾਂ ਮਹਾਤਮਾ ਕਹਿਣ ਲੱਗੇ ਅੱਛਾ ਤਾਂ ਸਾਨੂੰ ਇਹ ਦੱਸ ਬਈ ਤੇਰੀ ਹੁਣ ਉਮਰ ਕਿੰਨੀ ਹੋਈ ਉਹ ਬੀਬੀ ਵੀ ਕਹਿਣ ਲੱਗੀ ਵੀ ਮੇਰੀ ਉਮਰ ਜਿਹੜੀ ਹੈ ਨਾ 40 ਸਾਲ ਦੀ ਹੋ ਗਈ ਜਦ 40 ਸਾਲ ਦੀ ਹੋਈ ਹੈ ਤਾਂ ਤੁਹਾਨੂੰ ਪਤਾ ਮਹਾਤਮਾ ਜਿਨ੍ਹਾਂ ਨੇ ਇੰਨਾ ਭਾਰੀ ਤਪ ਕੀਤਾ ਸੀਗਾ ਤੇ ਜਿਨ੍ਹਾਂ ਦੀ ਉਮਰ ਵੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਸੀਗੀ 110 ਸਾਲ ਸੀ ਤਾਂ ਬੀਬੀ ਨੂੰ ਜਿਹੜੇ ਸੀਗੇ ਉਸੇ ਟਾਈਮ ਕਹਿਣ ਲੱਗੇ ਕਿ ਤੇ ਬੀਬਾ ਅਸੀਂ ਹੁਣ ਬਿਰਧ ਹੋ ਚੁੱਕੇ ਹਾਂ ਇਸ ਕਰਕੇ ਅਸੀਂ ਹੁਣ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੇ ਜਦੋਂ ਇੰਨੀ ਗੱਲ ਹੋਈ ਆ ਤਾਂ ਬੀਬੀ ਜਿਹੜੀ ਸੀ ਅੱਗ ਬੋਲਾ ਹੋ ਗਈ ਉਹ ਕਹਿਣ ਲੱਗੀ ਕਿ ਤਾ ਢਾਡੀ ਇਨੀ ਬਿਰਦ ਮੁਰਾਦ ਤੁਸੀਂ ਕਿਹੋ ਜੀ ਗੱਲ ਕਰਦੇ ਹੋ ਉਹ ਮਹਾਤਮਾ ਕਹਿਣ ਲੱਗੇ ਮੈਂ ਜੋ ਗੱਲ ਕਰਦਾ ਮੈਂ ਠੀਕ ਹੀ ਕਰਦਾ ਕਿਉਂਕਿ ਮਹਾਪੁਰਖਾਂ ਨੇ ਉਹਦੇ ਅੰਦਰ ਜਿਹੜੀ ਸੀ ਮਾਇਆ ਜੋ ਛੁਪੀ ਹੋਈ ਸੀ ਉਹਦੇ ਪ੍ਰਭਾਵ ਨੂੰ ਜਾਣ ਲਿਆ ਸੀ ਜਦ ਇੰਨੀ ਗੱਲ ਹੋਈ ਆ ਤੇ ਫਿਰ ਉਹ ਬੀਬੀ ਜਿਹੜੀ ਸੀ ਜਦੋਂ ਜ਼ਿਆਦਾ ਬੋਲਣ ਲੱਗੀ ਤੇ ਮਹਾਪੁਰਖ ਕਹਿੰਦੇ ਕਹਿੰਦੇ ਭਾਈ ਇਦਾਂ ਕਰ ਆਪਣਾ ਜਿੰਨਾ ਵੀ ਫਰੂਟ ਆ ਵੀ ਵਾਪਸ ਲੈ ਜਾ ਤੇ ਬਾਕੀ ਆ ਜਿਹੜੇ 50 ਰੁਪਏ ਕਹਿੰਦੇ ਇਹ ਵੀ ਤੂੰ ਵਾਪਸ ਲੈ ਜਾ ਲੈ ਉਹ ਬੀਬੀ ਨੇ ਫਰੂਟ ਵੀ ਚੱਕ ਲੈ 50 ਰੁਪਏ ਵੀ ਚੱਕ ਲੈ ਉਹ ਤੋਂ ਚਲੀ ਗਈ ਪਰ ਜਿਹੜਾ ਸੇਵਕ ਲੈ ਕੇ ਆਇਆ ਸੀ ਉਹ ਦੱਸਦੇ ਸੀ ਕਹਿੰਦੇ ਵੀ ਅਸੀਂ ਬੜੇ ਹੈਰਾਨ ਸੀਗੇ ਵੀ ਇਹ ਕਿਵੇਂ ਗੱਲ ਹੋ ਗਈ ਫਿਰ ਕਹਿੰਦੇ ਅਸੀਂ ਆਪ ਵੀ ਮਹਤਮਾ ਨੂੰ ਕਹਿਤਾ ਕਿ ਅਸੀਂ ਤਾਂ ਇਸ ਬੀਬੀ ਨੂੰ ਤੁਹਾਡੇ ਦਰਸ਼ਨ ਵਾਸਤੇ ਆਪ ਜਿਹੜੇ ਅਸੀਂ ਲੈ ਕੇ ਆਏ ਸੀ ਤੇ ਤੁਸੀਂ ਇਸ ਨੂੰ ਜਿਹੜਾ ਹੈਗਾ ਇਸ ਤਰ੍ਹਾਂ ਕਾਤੇ ਇੰਨਾ ਬੇਇੱਜ਼ਤ ਕਰਕੇ ਭੇਜਿਆ ਮਹਾਂਪੁਰਖ ਕਹਿਣ ਲੱਗੇ ਕਹਿੰਦੇ ਭਾਈ ਬੇਇੱਜ਼ਤ ਨਹੀਂ ਕੀਤਾ ਹੈਗਾ ਅਸੀਂ ਇਸ ਬੀਬੀ ਦੇ ਆ ਜਿਹੜਾ ਅੰਤਰ ਕਰਨ ਦੇ ਵਿੱਚ ਮਨ ਦੇ ਵਿੱਚ ਜਿਹੜੀ ਗੱਲ ਸੀ ਉਹਨੂੰ ਤਾਲ ਲਿਆ ਸੀ। ਇਸੇ ਕਰਕੇ ਅਸੀਂ ਜਾਨੀ ਕਿ ਇਸੇ ਬਹਾਨੇ ਦੇ ਨਾਲ ਉਹਨੂੰ ਠੋਕਰ ਮਾਰ ਕੇ ਥੋਂ ਬਾਹਰ ਕੱਢ ਦਿੱਤਾ। ਜਦ ਇਹਨੀ ਗੱਲ ਹੋਈ ਹੈ ਤਾਂ ਫਿਰ ਉਹ ਸੇਵਕ ਕਹਿਣ ਲੱਗੇ ਮਹਾਂਪੁਰਖ ਅਗਰ ਉਹ ਬੀਬੀ ਫੇਰ ਦੁਬਾਰਾ ਆਵੇ ਫੇਰ ਤੇ ਮਹਾਂਪੁਰਖ ਕਹਿਣ ਲੱਗੇ ਵੀ ਫੇਰ ਅਸੀਂ ਉਹਨੂੰ ਫਿਰ ਜੜੀਆਂ ਹੈਗੀਆਂ ਉਹ ਗਾਲਾਂ ਕੱਢਾਂਗੇ। ਜਦ ਇਹਨੀ ਗੱਲ ਹੋਈ ਤਾਂ ਮਹਾਪੁਰ ਕਹਿੰਦੇ ਅਗਰ ਫੇਰ ਆ ਗਈ ਤਾਂ ਫਿਰ ਕੀ ਕਰੋਗੇ ਫਿਰ ਕਹਿੰਦੇ ਅਸੀਂ ਉਹਨੂੰ ਡੰਡੇ ਨਾਲ ਮਾਰ-ਮਾਰ ਕੇ ਇਸ ਘਰ ਚੋਂ ਬਾਹਰ ਕੱਢ ਦੇਾਂਗੇ ਫਰ ਤੀਸਰੀ ਵਾਰ ਜਦੋਂ ਉਹਨਾਂ ਸੇਵਕਾਂ ਨੇ ਕਿਹਾ ਕਿ ਅਗਰ ਕੋ ਡੰਡੇ ਖਾ ਕੇ ਵੀ ਨਹੀਂ ਗਈ ਤਾਂ ਫਿਰ ਕੀ ਕਰੋਗੇ ਤਾਂ ਫਿਰ ਮਹਾਤਮਾ ਨੇ ਆਖਿਆ ਸਗਾ ਅਗਰ ਉਹ ਬੀਬੀ ਇਹਨਾਂ ਤਿੰਨਾਂ ਪ੍ਰੀਖਿਆਵਾਂ ਚੋਂ ਪਾਸ ਹੋ ਗਈ ਤਾਂ ਫਿਰ ਅਸੀਂ ਉਹਨੂੰ ਜਿਹੜਾ ਹੈਗਾ ਗੁਰ ਉਪਦੇਸ਼ ਦੇ ਨਾਲ ਨਵਾਜਾਂਗੇ ਉਹਨੂੰ ਗੁਰ ਉਪਦੇਸ਼ ਦਵਾਂਗੇ ਸੋ ਕਹਿਣ ਤੋਂ ਪਾਵੇ ਇਹ ਇਹ ਹੈਗਾ ਕਿ ਮਹਾਤਮਾ ਨੂੰ ਪਤਾ ਹੈਗਾ ਕਿ ਇਸਤਰੀ ਨੂੰ ਭਜਨ ਮਾਰਗ ਦੇ ਵਿੱਚ ਕਿੰਨੀ ਦੂਰੀ ਬਣਾ ਕੇ ਰੱਖਣੀ ਆ ਤੇ ਲੇਕਿਨ ਇਹ ਜਿਹੜੀ ਦੂਰੀ ਹੈਗੀ ਆ ਇਹ ਕਿਸੇ ਇਸਤਰੀ ਦੀ ਜਿਹੜੀ ਹੈ ਉਹ ਆਣਖ ਜਾਂ ਗੈਰਤ ਜਾਂ ਸਤਕਾਰ ਇਹਨੂੰ ਕੋਈ ਠੇਸ ਨਹੀਂ ਪਹੁੰਚਾਉਂਦੀ ਪਰ ਕਿਉਂ ਕਿਉਂਕਿ ਇਹ ਜਿਹੜਾ ਮਾਰਗ ਆ ਨਾ ਇਹ ਹੈ ਤਾਂ ਕਠਨਾ ਪਰ ਇਹਦੇ ਵਿੱਚ ਸਾਵਧਾਨੀਆਂ ਦੀ ਬਹੁਤ ਲੋੜ ਆ ਔਰ ਮਾਇਆ ਖਾਸ ਕਰਕੇ ਜਿਹੜੀ ਹੈ ਉਹ ਇਸਤਰੀ ਰੂਪ ਦੇ ਵਿੱਚ ਮਹਾਤਮਾ ਨੂੰ ਪਤਾ ਕਿ ਜਿਆਦਾ ਹਮਲੇ ਕਰਦੀ ਆ ਤੇ ਇਸ ਕਰਕੇ ਇਹਨਾਂ ਹਮਲਿਆਂ ਦੇ ਪ੍ਰਭਾਵ ਤੋਂ ਰੋਕਣ ਵਾਸਤੇ ਮਹਾਂਪੁਰਖ ਨੇ ਇਹ ਵੀ ਆਖਿਆ ਹੈ ਕਿ ਅਗਰ ਭਜਨ ਮਾਰਗ ਦੇ ਵਿੱਚ ਚੱਲਣਾ ਹੈਗਾ ਆਕਾਂਤ ਦੇ ਵਿੱਚ ਕਿਸੇ ਵੀ ਗੈਰ ਇਸਤਰੀ ਦੇ ਨਾਲ ਕੋਈ ਗੱਲਬਾਤ ਨਹੀਂ ਕਰਨੀ। ਦੂਸਰਾ ਉਹਨਾਂ ਨੇ ਜਿਹੜਾ ਸਗਾ ਉਹ ਇਹ ਹਦਾਇਤਾਂ ਜਿਹੜੀਆਂ ਦਿੱਤੀਆਂ ਹੁੰਦੀਆਂ ਹੈ ਕਿ ਅਗਰ ਤੁਸੀਂ ਤੁਰਨਾ ਵੀ ਹੈ ਨਾ ਤਾਂ ਵੀ ਇਸ ਚੀਜ਼ ਦੇ ਜਦ ਤੱਕ ਤੁਸੀਂ ਪੱਕੇ ਧਰਨੀ ਨਹੀਂ ਹੋ ਜਾਂਦੇ ਕਿ ਪਰ ਬੇਟੀ ਕੋ ਬੀਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ ਤਾਕ ਕਿੰਦੇ ਤੁਸੀਂ ਜਿਹੜਾ ਹੈਗਾ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ ਤੇ ਬਸ ਇੱਕੋ ਇੱਕ ਇਸਤਰੀ ਦਾ ਸੰਗ ਰੱਖਣਾ ਹੈ ਜਨ ਜਿਹਨੂੰ ਕਲਗੀਧਰ ਮਾਰਜ ਨੇ ਆਖਿਆ ਕਿ ਨਿਜ ਨਾਰੀ ਕੇ ਸਾਥ ਨੇ ਨਿਤ ਵਢਿਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜੀਓ ਸੋ ਇਹਦਾ ਜਿਹੜਾ ਸਾਰਾ ਭਾਵ ਸਾਨੂੰ ਇਹ ਸਮਝਾਉਂਦਾ ਹੈਗਾ ਕਿ ਸਾਡੇ ਸਿੱਖਾਂ ਦੇ ਵਿੱਚ ਖਾਸ ਕਰਕੇ ਗੁਰਮੁਖ ਮਾਰਗ ਦੇ ਜਿਹੜੇ ਪੰਧੀ ਆ ਉਹਨਾਂ ਨੂੰ ਇੱਕ ਗਿਆਨ ਹੋਣਾ ਚਾਹੀਦਾ ਹੈਗਾ ਕਿ ਔਰਤ ਦਾ ਸਨਮਾਨ ਨੂੰ ਸਨਮਖ ਰੱਖਦੇ ਹੋਏ ਉਸ ਤੋਂ ਕਿੰਨੀ ਦੂਰੀ ਬਣਾ ਕੇ ਰੱਖਣੀ ਹੈਗੀ ਆ ਤਾਂ ਜੋ ਉਹਨਾਂ ਦਾ ਜਿਹੜਾ ਭਜਨ ਵਾ ਉਹ ਨਿਰਵਿਘਨ ਚੱਲਦਾ ਰਹੇ ਤੇ ਇਸ ਭਜਨ ਦੇ ਵਿੱਚ ਕੋਈ ਵਾਦਾ ਨਾ ਬਣੇ ਤੇ ਇਸੇ ਕਰਕੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਜਦ ਆਪਣੇ ਮਾਰਗ ਤੇ ਤੁਰਦੇ ਆ ਤੁਰਨ ਲੱਗਿਆਂ ਫੇ ਉਸ ਜਿਹੜੀਆਂ ਮਾਇਆ ਦੀਆਂ ਸਾਰੀਆਂ ਜੰਜੀਰਾਂ ਹੈਗੀਆਂ ਛਾਲ ਕਪਟ ਜੋ ਵੀ ਕੁਝ ਜਿਹੜਾ ਹੈਗਾ ਇਸ ਸਿਮਰਮੜਿਆਸ ਦੇ ਅੰਦਰ ਚੱਲਦਾ ਹੈਗਾ ਉਸ ਤੋਂ ਆਪਣੇ ਆਪ ਨੂੰ ਸਾਵਧਾਨ ਕਰਦੇ ਹੋਏ ਜਿਹੜੇ ਹੈਗੇ ਆ ਉਹ ਆਪਣੇ ਮਾਰਗ ਤੇ ਤੁਰੇ ਰਹਿੰਦੇ ਆ ਜਦ ਤੱਕ ਵਾਹਿਗੁਰੂ ਜੀ ਉਹਨਾਂ ਦੇ ਹਿਰਦੇ ਦੇ ਵਿੱਚ ਪੱਕੇ ਤੌਰ ਤੇ ਨਿਵਾਸ ਨਹੀਂ ਬਣਾ ਲੈਂਦੇ ਤੇ ਜਦੋਂ ਪੱਕੇ ਤੌਰ ਤੇ ਪਰਮੇਸ਼ਰ ਦਾ ਨਿਵਾਸ ਬਣ ਜਾਂਦਾ ਹੈ ਤਾਂ ਫਿਰ ਕੀ ਇਸਤਰੀ ਹੈ ਤੇ ਕੀ ਬੰਦਾ ਹੈ ਕੋਈ ਵੀ ਜਿਹੜਾ ਹਨਾ ਫਿਰ ਉਹਨਾਂ ਦੇ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਰਹਿ ਜਾਂਦੀ ਕਿਉਂ ਫਿਰ ਉਹਨਾਂ ਦੀ ਨਜ਼ਰ ਦੇ ਵਿੱਚ ਇੱਕੋ ਹੀ ਗੱਲ ਰਹਿ ਜਾਂਦੀ ਹੈ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵਿਨਣ ਨਹੀਂ ਕੋਈ ਸੋ ਉਹਨਾਂ ਨੂੰ ਫਿਰ ਸਾਰੇ ਪਾਸੇ ਨਾ ਤਾਂ ਫਿਰ ਇਨਸਾਨ ਦੀਦਾ ਹੈ ਨਾ ਕੋਈ ਇਸਤਰੀ ਦੀ ਦੀਦੀ ਹੈ ਨਾ ਕੋਈ ਬੱਚਾ ਦੀਦਾ ਹੈ ਨਾ ਕੋਈ ਜਵਾਨ ਨਾ ਕੋਈ ਬੜਾਪਾ ਉਹਨਾਂ ਨੂੰ ਸਾਰੇ ਪਾਸੇ ਗੋਬਿੰਦ ਦੀ ਗੋਬਿੰਦ ਵਾਹਿਗੁਰੂ ਕਾਲ ਪੁਰਖ ਜਾਗ ਜੋ ਤੇ ਪ੍ਰਤੱਖ ਦਰਸ਼ਣ ਹੀ ਨਜ਼ਰ ਆਉਂਦੇ ਆ ਸੋ ਫਿਰ ਜਦ ਤੱਕ ਇਹੋ ਅਵਸਥਾ ਬਣ ਜਾਂਦੀ ਆ ਤਾਂ ਫਿਰ ਜੀਵੰਦੀ ਜਿਹੜੀ ਚੜ੍ਹਦੀ ਕਲਾ ਹਮੇਸ਼ਾ ਬਣੀ ਰਹਿੰਦੀ ਆ ਸੋ ਦਾਸ ਇੰਨੇ ਹੀ ਬਚਨ ਕਰਦਾ ਹੈ ਖੇਮਾ ਦਾ ਜਾਜਕ ਵਾਜੀ ਹੋਇਆਂ ਬਿਆੰਤ ਭੁੱਲਾਂ ਚੋਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ